ਜਲੰਧਰ ਜਾਂਦੇ ਆਏ ਦਾ ਲੁਧਿਆਣੇ ਆ ਆਦਮੀ ਮਰ ਗਿਆ ਪੱਤ ਮਰ ਗਿਆ ਕਿੰਨੀ ਉਮਰ ਹੈਗੀ ਤੁਹਾਡੀ 80 ਸਾਲ ਦੇ ਹੈਗੇ ਆ ਤੇ ਦੇਖਦੇ ਪਏ ਸੀ ਤੁਹਾਡੇ ਪੈਰ ਤੇ ਵੀ ਸੱਟ ਲੱਗੀ ਇਹ ਕਿਦਾਂ ਸੱਟ ਲੱਗ ਇਹ ਟੈਂਪੂ ਵਾਲਾ ਕਾ ਟੈਂਪੂ ਚੜਾ ਗਿਆ ਸੀ ਇੱਕ ਜਿਹਾ ਗੱਡੀ ਵਾਲਾ ਕਹਿੰਦਾ ਲੈ ਮਾਤਾ ਮੈਂ ਪਰਲੇ ਪਾਸੇ ਹੋ ਕੇ ਲੈਣ ਲੱਗੀ ਹਲੇ ਬੈਠੀ ਆ ਉਹ ਇੱਕਦਮ ਤੇ ਟੈਂਪੂ ਆਇਆ ਉੱਪਰ ਦੀ ਚੜਾ ਗਿਆ ਤੁਸੀਂ ਹਮੇਸ਼ਾ ਸੀ ਤੁਹਾਨੂੰ ਦੇਖਦੇ ਆ ਇੱਥੇ ਹੀ ਦੇਖਦੇ ਆ ਤੁਹਾਨੂੰ ਇਸ ਸੜਕ ਤੇ ਉਹ ਤਾਂ ਕਿੰਨੇ ਸਾਲ ਹੋ ਗਏ ਇੱਥੇ ਧੱਕੇ ਖਾਂਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਾਕਸ਼ੀ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਦ ਪੋਲ ਖੋਲ ਟੀਵੀ ਲਗਾਤਾਰ ਤੁਹਾਨੂੰ ਹਰ ਅਪਡੇਟ ਅਸੀਂ ਆਪਣੇ ਚੈਨਲ ਤੋਂ ਰਾਹੀਂ ਦਿੰਦੇ ਹਾਂ ਪਰ ਅੱਜ ਇੱਕ ਇਹੋ ਜਿਹੇ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਚੱਲੇ ਹਾਂ ਜਿਹਦੀ ਸ਼ਾਇਦ ਤੁਸੀਂ ਵੀ ਉਹਨੂੰ ਜੇ ਤੁਹਾਨੂੰ ਬਾਰੇ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਤੁਸੀਂ ਵੀ ਸੁਣ ਕੇ ਹੱਕੇ ਬੱਕੇ ਰਹਿ ਜਾਓ ਅੱਜ ਮੈਂ ਇੱਥੇ ਖੜੀ ਹਾਂ ਤੁਸੀਂ ਮੈਨੂੰ ਦੇਖ ਰਹੇ ਹੋ ਇੱਥੇ BMC ਚੌਂਕ ਕੋਲ ਖੜੀ ਹਾਂ ਜਿੱਥੇ ਕਿ ਆਪਾਂ ਤੁਹਾਨੂੰ ਇੱਕ ਆਂਟੀ ਨਾਲ ਮਿਲਾਉਂਦੇ ਹਾਂ ਆਓ ਆਪਾਂ ਹੁਣ ਆਂਟੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਆਂਟੀ ਕੀ ਨਾਮ ਹੈ ਤੁਹਾਡਾ ਰਾਜ ਰਾਣੀ ਕਿੱਥੋਂ ਦੇ ਰਹਿਣ ਵਾਲੇ ਹੋ ਪਤਾ ਇੱਥੇ ਜਲੰਧਰ ਰਹਿੰਦੇ ਆਏ ਦਾ ਲੁਧਿਆਣੇ ਆ ਆਦਮੀ ਮਰ ਗਿਆ ਪੁੱਤ ਮਰ ਗਿਆ ਸੀ ਤਾਂ ਅਸੀਂ ਇੱਥੇ ਆਏ ਹਾਂ ਕਿਰਾਇਆ ਦਿੰਦੀ ਆ 5000 ਰੁਪਈਆ ਬਿੱਲ ਦਿੰਦੀ ਆ ਆਇਆ ਗਿਆ ਸਾਰਾ ਉਹੀ ਭਗਤਾਂ ਦੀ ਹੋਰ ਕੋਈ ਨਹੀਂ ਤਾਂ ਪੋਤੀ ਹੁਣ ਲੱਗੀ ਹਲੇ ਕੰਮ 'ਤੇ ਤੁਸੀਂ ਹੁਣ ਕਿਹਦੇ ਨਾਲ ਰਹਿੰਦੇ ਹੋ ਮੇਰੀ ਨੂੰਹ ਆ ਮੇਰੀ ਪੋਤੀ ਆ ਤੁਹਾਡੀ ਨੂੰਹ ਕਿੱਥੇ ਕੋਈ ਕੰਮ ਕਰਦੇ ਨੇ ਹਾਂ ਲੈ ਲੈ ਪਲੈਸ ਬਿਮਾਰ ਰਹਿੰਦੇ ਆ ਵੀ ਉਹਦਾ ਬੀਵੀ ਵਾਧਾ ਸਾਰਿਆਂ ਦਾ ਹੁਣ ਆਪ ਕੀ 8000 ਰੁਪਏ ਦੇਣਾ ਕਿਰਾਇਆ ਭਾੜਾ ਸਾਰਾ ਕੁਝ ਹੋਈ ਜਾਂਦਾ ਸਾਨੂੰ ਕਿੱਥੇ ਮਦਦ ਨਹੀਂ ਪਰ ਤੁਸੀਂ ਮਤਲਬ ਪੈਸੇ ਹੀ ਕਿਉਂ ਮੰਗਣ ਆਉਂਦੇ ਹੋ ਤੁਸੀਂ ਮਤਲਬ ਤੁਸੀਂ ਕੰਮ ਕਰੋ ਜਾਂ ਤੁਸੀਂ ਆਪਣਾ ਕਿਸੇ ਨੂੰ ਆਪਣਾ ਦੁੱਖ ਦੱਸੋ ਕਿ ਮੈਨੂੰ ਤਕਲੀਫ ਹੈਗੀ ਹੈ ਤਾਂ ਮਜਬੂਰੀ ਆ ਇਹ ਆ ਚਲੋ ਕਿਰਾਇਆ ਭਾੜਾ ਬਿੱਲ ਆਇਆ ਗਿਆ ਸਾਰਾ ਭੱਟਾ ਲਾਉਂਦੇ ਅੱਗੋਂ ਪੋਤ ਨੂੰ ਜੀ ਡਿਵਲੀ ਹੋਣ ਵਾਲੀ ਉਹਨਾਂ ਦਾ ਵੀ ਕਰਦੀ ਆ ਵਿਚਾਰੀ ਮੇਰੀ ਨੂੰ ਉਹਨੂੰ ਆਪ ਉਹਦਾ ਬੀਵੀ ਵੱਧਦਾ ਅਤੇ ਬਾਕੀ ਇਹ ਆ ਮੈਂ ਉੱਪਰਲਾ ਖਰਚਾ ਦੁੱਧ ਦੱਧ ਦਾ ਕੋਈ ਰੋਟੀ ਰਾਟੀ ਦਾ ਗੁਜ਼ਾਰਾ ਕਰ ਲੈਂਦੀ ਬਸ ਤੁਸੀਂ ਇੱਕ ਵਾਰੀ ਪਹਿਲਾਂ ਵੀ ਜਦੋਂ ਤੁਹਾਡੇ ਨਾਲ ਗੱਲ ਕੀਤੀ ਸੀ ਤੁਸੀਂ ਕਿਹਾ ਸੀ ਕਿ ਮੇਰੇ ਬੱਚਿਆਂ ਨੇ ਬੀਟੈਕ ਕੀਤੀ ਹੋਈ ਆ ਤੁਸੀਂ ਕਿਹਾ ਸੀ ਮੇਰੇ ਬੱਚਿਆਂ ਨੇ ਬੀਟੈਕ ਕੀਤੀ ਆ ਉਹ ਪੋਤੀ ਨੇ ਕੀਤੀ BCOM ਹਾਂ ਉਹ ਲੱਗੀ ਆ ਹੁਣ ਕੰਮ 'ਚ ਦੋ ਸਾਲਾਂ ਮਗਰੋਂ ਉਹ ਹੁਣ ਲੱਗੀ ਆ ਹਲੇ ਤਨਖਾਹ ਨੇ ਹਲੇ ਉਹਨਾਂ ਨੇ ਦੱਸੀ ਇੰਟਰਵਿਊ ਲੈ ਲਈ ਆ ਉਹ ਕੋਈ ਵਿਆਹ ਸ਼ਾਦੀ ਰਿਕਾਰਡ ਕੋਡ ਛਾਪਦੇ ਕਰਦੇ ਆ ਆਰਡਰ ਆਉਂਦੇ ਆ ਬੁੱਕ ਕਰਦੇ ਹੁਣ ਕਿੱਥੇ ਰਹਿੰਦੇ ਹੋ ਤੁਸੀਂ ਇੱਧਰ ਘਾਹ ਮੰਡੀ ਵੱਲ ਤੁਸੀਂ ਘਾਹ ਮੰਡੀ ਵੱਲ ਕਿੰਨੀ ਉਮਰ ਹੈਗੀ ਤੁਹਾਡੀ 80 ਤੁਸੀਂ 80 ਸਾਲ ਦੇ ਹੈਗੇ ਹੋ ਅਤੇ ਹੁਣ ਅਸੀਂ ਜਾਂਦੇ ਦੇਖਦੇ ਪਏ ਸੀ ਤੁਹਾਡੇ ਪੈਰ 'ਤੇ ਵੀ ਸੱਟ ਲੱਗੀ ਇਹ ਕਿੱਦਾਂ ਸੱਟ ਲੱਗ ਇਹ ਟੈਂਪੂ ਵਾਲਾ ਕਾ ਟੈਂਪੂ ਚੜਾ ਗਿਆ ਉੱਥੇ ਪੈਸੇ ਮੰਗਦੇ ਪਏ ਸੀ ਪੈਸੇ ਇੱਕ ਜਿਹਾ ਗੱਡੀ ਵਾਲਾ ਕਹਿੰਦਾ ਲੈ ਮਾਤਾ ਮੈਂ ਪਰਲੇ ਪਾਸੇ ਹੋ ਕੇ ਲੈਣ ਲੱਗੀ ਹਲੇ ਬੈਠੀ ਹਾਂ ਉਹ ਇੱਕਦਮ ਤੇ ਟੈਂਪੂ ਆਇਆ ਉੱਪਰ ਦੀ ਚੜਾ ਗਿਆ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਮੇਰੇ ਨਾਲ ਆਂਟੀ ਹੈਗੇ ਨੇ 80 ਸਾਲ ਦੇ ਆਂਟੀ ਹੈਗੇ ਨੇ ਅਤੇ ਘਾਹ ਮੰਡੀ ਤੋਂ ਇੰਨੀ ਦੂਰ ਇੱਥੇ ਆਉਂਦੇ ਆਂਟੀ ਮਾਤਾ ਆਉਂਦੇ ਕਿੱਥੇ ਕਿੱਦਾਂ ਆਏਗੇ ਟੈਂਪੂ 'ਤੇ ਆਟੋ 'ਤੇ ਆਉਂਦੇ ਘਾਹ ਮੰਡੀ ਤੋਂ ਇੱਥੇ ਆਉਂਦੇ ਹੋ ਤੁਸੀਂ ਹਮੇਸ਼ਾ ਅਸੀਂ ਤੁਹਾਨੂੰ ਦੇਖਦੇ ਹਾਂ ਇੱਥੇ ਹੀ ਦੇਖਦੇ ਹਾਂ ਤੁਹਾਨੂੰ ਇਸ ਸੜਕ 'ਤੇ ਦੇਖ ਉਹ ਤਾਂ ਕਿੰਨੇ ਸਾਲ ਹੋ ਗਏ ਇੱਥੇ ਧੱਕੇ ਖਾਂਦੇ ਕਿ ਜੇ ਆਪਾਂ ਦੇਖੀਏ ਚਲੋ ਜਿੱਦਾਂ ਵੀ ਹੈਗਾ ਤੁਹਾਡਾ ਗੁਜ਼ਾਰਾ ਮੰਗਣਾ ਹੀ ਕਿਉਂ ਪਿਆ ਮਤਲਬ ਹੋਰ ਵੀ ਬਥੇਰੀਆਂ ਹੁੰਦੀਆਂ ਚੀਜ਼ਾਂ ਉਹ ਤਾਂ ਮੰਗਣਾ ਇਹ ਮਜਬੂਰੀ ਆ ਘਰ ਦੀ ਨੂੰਹ ਦੇ ਨਾਲ ਸਾਥ ਦਿੰਦੀ ਹਾਂ ਮੈਂ ਇਕੱਲੀ ਜਾਣੀ ਆ ਕਮਾਉਂਦੀ ਪੋਤੀ ਤੇ ਪੋਤੀ ਤੁਹਾਡੇ ਕੰਮ ਨਹੀਂ ਕਰਦੀ ਆ ਹਲੇ ਹੁਣ ਲੱਗੀ ਆ ਹਲੇ ਉਹਦੀ ਤਨਖਾਹ ਨਹੀਂ ਆਈ ਉਹਦੀ ਪੁੱਤ ਵਿਆਹਣ ਵਾਲੀ ਆ ਉਹਦਾ ਵੀ ਮਤਲਬ ਕਿ ਪੈਸਾ ਜੇ ਆਏਗਾ ਉਹਦਾ ਜੋੜਾਂਗੇ ਫਿਰ ਤਾਂ ਅਗਾਂਹ ਵਿਆਹਾਂਗੇ ਪੰਡਤ ਆ ਅਸੀਂ ਪੰਡਤ ਹੋ ਜੋਸ਼ੀਆਂ ਦੀ ਧੀ ਆ ਪਰਤਾਰੀ ਨੂੰਹ ਆ ਤੁਹਾਡੀ ਨੂੰਹ ਕਿੱਥੇ ਲੈਦਰ ਕੰਪਲੈਕਸ ਕੰਮ ਕਰ ਹਾਂ ਕੋਈ ਵੀ ਨਹੀਂ ਦੇਣ ਵਾਲਾ ਘਰ ਤੁਸੀਂ ਇਸੀ BMC ਤੁਹਾਨੂੰ BMC ਚੌਂਕ 'ਤੇ ਅਸੀਂ ਦੇਖਦੇ ਹਾਂ ਤੁਸੀਂ ਕਿੰਨੇ ਸਮੇਂ ਤੋਂ ਤੁਸੀਂ ਇਸੀ ਸੜਕ 'ਤੇ ਦਿਖਦੇ ਹੋ ਕਿੰਨੇ ਸਮੇਂ ਤੋਂ ਇੱਥੇ ਪੈਸੇ ਮੰਗਦੇ ਉਹ ਤਾਂ ਜਾ ਨਹੀਂ ਗਾ ਕਾਫੀ ਚਿਰ ਹੋ ਗਿਆ ਉਹ ਪਰਲੇ ਪਾਸੇ ਮੰਗੀ ਹੁੰਦੀ ਸੀ ਨਾ ਅੱਖਾਂ ਖਰਾਬ ਹੋ ਗਏ ਆ ਨੂੰਹ ਨੇ ਅੱਖਾਂ ਬਣਵਾਈਆਂ
ਲੈਂਸ ਪਵਾਇਆ ਉਹਦੇ 25,000 ਚ ਹੁਣ ਤਾਂ ਮਹਿੰਗੇ ਹੀ ਪੈਂਦੇ ਕਿੰਨੇ ਸਾਲ ਹੋ ਗਏ ਉਹ ਤੋਂ ਮਰਿਆ ਨੂੰ ਵੀ 11 ਸਾਲ ਹੋ ਗਿਆ ਆਦਮੀ ਨੂੰ ਵੀ 11 ਹੋ ਗਿਆ ਅੱਗੜ ਪਿੱਛੜ ਮਰ ਗਏ ਸੀ ਤੁਹਾਡੇ ਤੁਹਾਡੇ ਪੁੱਤ ਅਤੇ ਤੁਹਾਡੇ ਪਤੀ ਦੀ ਕਿੱਦਾਂ ਮੌਤ ਉਹਦਾ ਸ਼ਰਾਬੀ ਸੀਗਾ ਦਮਨ ਕਰਕੇ ਹੋ ਗਏ ਤੁਹਾਡਾ ਮੁੰਡਾ ਵੀ ਸ਼ਰਾਬ ਪੀਂਦਾ ਸੀ ਐਕਸੀਡੈਂਟ ਆਪਣੇ ਲਾਲੇ ਦੇ ਪੈਸੇ ਲੈਣ ਗਿਆ ਸੀ ਉੱਥੇ ਢੰਡਾਰੀ ਲੁਧਿਆਣੇ ਰਹਿੰਦੇ ਸੀ ਨਾ ਪਹਿਲਾਂ ਢੰਡਾਰੀ ਗਿਆ ਪੈਸੇ ਲੈਣ ਕਿਹਾ ਗੱਡੀ ਸਲੋ ਆ ਧੀ ਦਾ ਸਾਰਾ ਤਿਆਰੀ ਕਰਕੇ ਮੰਗਣੇ ਰਿਸ਼ਤੇਦਾਰਾਂ ਨੇ ਪਰਾਲ ਨੇ ਮੰਗਣਾ ਸੀ ਉੱਥੇ ਗਿਆ ਕਿਹਾ ਗੱਡੀ ਸਲੋ ਗੱਡੀ ਦਾ ਧੱਕਾ ਵੱਜਾ ਬਾਂਹ ਚੂਰੋ ਚੂਰ ਹੋ ਗਈ ਅਤੇ ਸਵੇਰੇ ਬਸ ਉਹਨਾਂ ਟੀਕਿਆਂ ਦੇ ਵਿੱਚ ਨਸ਼ਾ 'ਚ ਰੱਖਾ ਵੀ ਇਹ ਖੂਨ ਦਾ ਬੰਦ ਰਹੇ ਅਤੇ ਸਵੇਰੇ ਕਹਿੰਦੇ ਪ੍ਰੈਸ਼ਰ ਕਰਾਂਗੇ ਸਾਰੇ ਜਣੇ ਫਿਰ ਆ ਗਏ ਸੀਗੇ ਤਾਂ ਸਵੇਰੇ ਉਹਦਾ ਅਟੈਕ ਹੋਇਆ ਮਰ ਗਿਆ ਉਹਨੇ ਬਾਂਹ ਦੇਖੀ ਦਾ ਕਦੇ ਕਿਸੇ ਸੰਸਥਾ ਤੋਂ ਜਾਂ ਕਿਸੇ ਐਨ ਜੀ ਓ ਤੋਂ ਤੁਹਾਡੀ ਕੋਈ ਮਦਦ ਕੀਤੀ ਹੋਵੇ ਲੰਘਦੇ ਵੜਦੇ ਤੁਹਾਨੂੰ ਨਾ ਕਿਸੇ ਨੇ ਕਿੰਨਾ ਸਮੇਂ ਹੋ ਗਿਆ ਕਿਸੇ ਐਨ ਜੀ ਓ ਵਾਲੇ ਨੇ ਤੁਹਾਨੂੰ ਦੇਖਿਆ ਇੱਧਰ ਇੱਕ ਜਿਹੜੇ ਚਾਲੀ ਪਰੇ ਦੁਕਾਨਾਂ ਇੱਕ ਗਲੀ ਦੇ ਵਿੱਚ ਕਰਿਆਨੇ ਦੁਕਾਨ ਉੱਥੇ ਕੋਈ ਇੱਕ ਕੁੜੀ ਆਈ ਸੀਗੀ ਉਹਨੇ ਇੱਕ ਸਰਦਾਰ ਜਿਹਾ ਆਇਆ ਉਹ ਲੈ ਕੇ ਇੱਕ ਰਾਸ਼ਨ ਦੇ ਗਿਆ ਸੀ ਇਸ ਗੱਲ ਨੂੰ ਹੋ ਗਏ ਆ 2-3 ਸਾਲ ਦੋ ਤਿੰਨ ਸਾਲ ਪਹਿਲਾਂ ਤੁਹਾਨੂੰ ਰਾਸ਼ਨ ਦਿੱਤਾ ਸੀ ਉਸ ਤੋਂ ਬਾਅਦ ਨਹੀਂ ਦਿੱਤਾ ਅਤੇ ਹੁਣ ਕਿੰਨਾ ਕਿੰਨਾ ਕਮਾ ਲੈਂਦੇ ਹੋ ਮੰਗ ਕੇ ਉਹ ਤਾਂ ਹੋ ਹੀ ਜਾਂਦਾ 3-4 ਸੌ ਰੁਪਈਆ ਬੜਾ ਹੋ ਜਾਂਦਾ ਆਪਾਂ ਚੱਲ ਜਾਈਏ ਘਰ 'ਤੇ ਆਪਣੇ ਗੁਜ਼ਾਰਾ ਜੋਗਾ ਹੋ ਜਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਹੁੰਦੇ ਹੋ ਕਿੰਨੇ ਵਜੇ ਆਉਂਦੇ ਹੋ ਇੱਥੇ 1 ਵਜੇ ਆਉਂਦੇ ਹਾਂ 4-4:30 ਵਜੇ ਚੱਲ ਜਾਂਦੀ ਹਾਂ ਸੋ ਜਿੱਦਾਂ ਕਿ ਆਪਾਂ ਇੱਥੇ ਆਂਟੀ ਸੀਗੇ ਆਪਾਂ ਆਂਟੀ ਨਾਲ ਗੱਲਬਾਤ ਕੀਤੀ ਹੈ ਤਾਂ ਉਹੀ ਕਹਿੰਦੇ ਨੇ ਕਿ ਆਪਣਾ ਜਿਹੜਾ ਘਰ ਦਾ ਕਿਰਾਇਆ ਜਾਂ ਆਪਣਾ ਹੋਰ ਵੀ ਜੋ ਖਰਚੇ ਹੈਗੇ ਆ ਉਹ ਲੋਕਾਂ ਤੋਂ ਮੰਗ ਮੰਗ ਕੇ ਹੀ ਜਿਹੜਾ ਕਿ ਆਪਣਾ ਗੁਜ਼ਾਰਾ ਕਰਦੇ ਨੇ ਕਾਫੀ ਲੰਬੇ ਚਿਰ ਤੋਂ ਜਿਹੜੇ ਕਿ ਆਂਟੀ ਇੱਥੇ ਲੋਕਾਂ ਤੋਂ ਮੰਗਦੇ ਪਏ ਨੇ ਪੈਸੇ ਕਰ ਲੋਕਾਂ ਤੋਂ ਮੰਗ ਮੰਗ ਕੇ ਜਿਹੜਾ ਕਿ ਆਪਣਾ ਗੁਜ਼ਾਰਾ ਕਰਦੇ ਪਏ ਨੇ ਲੰਘਦੇ ਪੜਦੇ ਜੇ ਆਪਾਂ ਗੱਲ ਕਰੀਏ ਐਨ ਜੀ ਓ ਜਾਂ ਕਿਸੇ ਸੰਸਥਾ ਵੱਲੋਂ ਵੀ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਪਰ ਆਪਣੇ ਇੱਕ ਚੈਨਲ ਦੇ ਰਾਹੀਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਆਂਟੀ ਜਿਹੜੇ ਹੈਗੇ ਨੇ ਮੇਰੇ ਨਾਲ ਇਹ ਹਮੇਸ਼ਾ ਹੀ ਇੱਥੇ ਤੁਹਾਨੂੰ ਦਿਖ ਜਾਣਗੇ ਜਿਵੇਂ ਕਿ ਇਹ ਦੱਸ ਰਹੇ ਨੇ ਕਿ ਮੈਂ 1 ਵਜੇ ਆ ਜਾਂਦੀ ਹਾਂ ਅਤੇ 4:30 ਵਜੇ ਮੈਂ ਦੁਬਾਰਾ ਚਲੀ ਜਾਂਦੀ ਹਾਂ ਅਤੇ ਜਿਵੇਂ ਕਿ ਤੁਸੀਂ ਜੇ ਇੱਥੇ ਆਓ ਤਾਂ ਆਂਟੀ ਦੀ ਜ਼ਰੂਰ ਮਦਦ ਕਰੋ ਅਸੀਂ ਵੀ ਓਨਾ ਹੀ ਅਸੀਂ ਜਿਹੜੇ ਕਿ ਓਨਾ ਹੀ ਅਸੀਂ ਕਰਾਂਗੇ ਆਂਟੀ ਦੇ ਵੀ ਬਹੁਤ ਕਰਾਂਗੇ ਕਿਉਂਕਿ ਇੱਕ ਆਂਟੀ ਤੁਹਾਨੂੰ ਦੱਸਦੀ ਹੈ 80 ਸਾਲ ਦੇ ਆਂਟੀ ਹੈਗੇ ਆ ਪਰ ਲੋਕਾਂ ਤੋਂ ਮੰਗ ਮੰਗ ਕੇ ਹੀ ਗੁਜ਼ਾਰਾ ਕਰ ਰਹੇ ਆ ਸਿਰਫ ਇਹਨਾਂ ਦੀ ਨੂੰਹ ਹੈਗੀ ਆ ਅਤੇ ਇਹਨਾਂ ਦੀ ਪੋਤੀ ਹੈਗੀ ਆ ਅਤੇ ਨੂੰਹ ਵੀ ਜਿਹੜੀ ਕਿ ਲੋਕਾਂ ਤੋਂ ਮੰਗ ਮੰਗ ਕੇ ਅਤੇ ਜਿਹੜਾ ਕਿ ਆਪਣਾ ਜਿਹੜਾ ਉੱਥੇ ਕੰਮ ਕਰਕੇ ਜਿਹੜਾ ਕਿ ਆਪਣਾ ਗੁਜ਼ਾਰਾ ਕਰ ਰਹੀ ਹੈ ਦੁਬਾਰਾ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਇੱਕ ਹੋਰ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਦ ਪੋਲ ਕੋਲ ਟੀਵੀ ਦੇ ਨਾਲ